ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਵੈਲਕਮ ਆ ਸਾਡੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਿਲਕ ਕੇਕ ਦੀ ਰੈਸਪੀ। ਮਿਲਕ ਕੇਕ ਬਣਾਉਣ ਲਈ ਇੱਥੇ ਆਪਾਂ ਨੇ ਲਿਆ ਹੈ ਦੁੱਧ, ਅੱਧਾ ਕਿਲੋ ਆਪਾਂ ਨੇ ਦੁੱਧ ਲਿਆ, ਨਾਲ ਆਪਾਂ ਨੇ ਫਰੈਸ਼ ਕਰੀਮ ਲਈ ਹੈ ਇੱਕ ਵੱਡੀ ਕੌਲੀ, ਅਤੇ ਇੱਥੇ ਆਪਾਂ ਨੇ ਚੀਨੀ ਲਈ ਹੈ। ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਵੀ ਲੈ ਸਕਦੇ ਹੋ। ਅਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਇੱਥੇ ਆਪਾਂ ਨੇ ਕੜਾਹੀ ਰੱਖ ਲਈ ਹੈ, ਵਿੱਚ ਪਾਵਾਂਗੇ ਆਪਾਂ ਦੁੱਧ। ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗ ਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲ ਸਕੇ।
हाँ जी, तुसी देख सकते हो अपनी मिल्के केक की बर्फी बन के बिल्कुल रेडी है। हुण आपां ट्रे दे विच लगा दित्ती है, इहनू आपां ठंडी होण लई फ्रिज च रखांगे, फिर आपां इहदे पीस कट करांगे। तुसी भी सानू कमेंट करके जरूर दस्सियो तुहानू साडी रेसिपी किवें दी लगी। तो प्लीज़ तुहानू सारिआं नू रिक्वेस्ट है, साडे चैनल नू सबसक्राइब कर लो, नाल लगदे बैल आइकन नू प्रेस कर लो, तां जो कि आउण वाली हर वीडियो दा नोटिफिकेशन तुहानू जल्द तों जल्द मिल सके।